ਨਮਸਕਾਰ ਖਬਰਾਂ ਦੇ ਇਸ ਬਲੂਟਿਨ 'ਚ ਤੁਹਾਡਾ ਸਵਾਗਤ ਮੈਂ ਹਾਂ ਪਰਮਿੰਦਰ ਕੌਰ ਪਹਿਲਾਂ ਪੇਸ਼ ਨੇ ਤੁਹਾਨੂੰਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ 'ਚ ਆਯੋਜਿਤ 9 ਮਈ ਰਾਸ਼ਟਰੀ ਹੈਂਡਲਿੰਗ ਦਿਵਸ ਸਮਾਗਮ 'ਚ ਕੀਤੀ ਸ਼ਿਰਕਤ ਮਨੀਪੁਰ ਹਿੰਸੇ ਦੇ ਮੁੱਦੇ ਤੇ ਸੰਸਦੇ ਦੋਹਾਂ ਸਦਨਾਂ 'ਚ ਹੰਗਾਮਾ ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲੀ ਮਲਤਵੀ સુપ્રીમ કોર્ટ ਦੇ ਫੈਸਲੇ ਤੋਂ ਬਾਅਦ ਲੋਕ ਸਭਾ ਸਖਤਰੇਤ ਨੇ ਰਾਹੁਲ ਗਾਂਧੀ ਦੀ ਮੈਂਬਰੀ ਕੀਤੀ ਬਹਾਲ ਚੇਨਈ 'ਚ ਚੱਲ ਰਹੀ ਹਾਕੀ ਦੀ ਏਸ਼ੀਆਈ ਚੈਂਪੀਅਨਸ ਟਰੋਫੀ 2023 'ਚ ਅੱਜ ਭਾਰਤ ਦਾ ਮੁਕਾਬਲਾ ਦੱਖਣੀ ਕੋਰੀਆ ਨਾਲ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਸਥਿਤ ਭਾਰਤ ਮੰਡਪਮ ਵਿਖੇ ਆਯੋਜਿਤ 9ਵੇਂ ਰਾਸ਼ਟਰੀ ਹੈਂਡਲੂਮ ਦਿਵਸ ਸਮਾਗਮ 'ਚ ਸ਼ਿਰਕਤ ਕੀਤੀ। ਇਸ ਮੌਕੇ ਆਪਣੇ ਸੰਬੋਧਨ 'ਚ ਉਨ੍ਹਾਂ ਕਿਹਾ ਕਿ ਅੱਜ ਦੇ ਹੀ ਦਿਨ ਸਵਦੇਸ਼ੀ ਅੰਦੋਲਨ ਦੀ ਸ਼ੁਰੂਆਤ ਹੋਈ ਸੀ ਅਤੇ ਭਾਰਤੀਆਂ ਨੇ ਵਿਦੇਸ਼ੀ ਕੱਪੜਿਆਂ ਦਾ ਬਾਈਕਾਟ ਕੀਤਾ ਸੀ। ਉਨ੍ਹਾਂ ਕਿਹਾ ਕਿ ਵਿੰਨਤਾ ਸਾਡੀ ਪਛਾਣ ਹੈ। ਉਨ੍ਹਾਂ ਆਖਿਆ ਕਿ ਸਰਕਾਰ ਨੇ ਬੀਤੇ ਸਾਲਾਂ 'ਚ ਬੁਨਕਰਾਂ ਲਈ ਕਈ ਪ੍ਰੋਗਰਾਮ ਸ਼ੁਰੂ ਕੀਤੇ ਨੇ। भारत मंडपम की इस भव्यता में भी भारत के हथकरघा उद्योग की अहम भूमिका है पुरातन का नूतन से यही संगम आज के भारत को परिभाषित करता है आज का भारत ਸਮਾਗਮ ਦੌਰਾਨ ਉਨ੍ਹਾਂ ਨੇ ਉਥੇ ਲਗਾਈ ਗਈ ਪ੍ਰਦਰਸ਼ਨੀ ਦਾ ਦੌਰਾ ਵੀ ਕੀਤਾ ਤੇ ਵੱਖ-ਵੱਖ ਸਟਾਲਾਂ ਤੇ ਪ੍ਰਦਰਸ਼ਿਤ ਕੀਤੀਆਂ ਗਿਆ ਚੀਜ਼ਾਂ ਬਾਰੇ ਜਾਣਕਾਰੀ ਹਾਸਲ ਕੀਤੀ ਇਸ ਸਮਾਗਮ ਚ 3000 ਤੋਂ ਬਾਅਦ ਐਮ ਐਸ ਐਮ ਇ ਦੇ ਹਿੱਤ ਤਾਰਕ ਬੁਨਕਰ ਅਤੇ ਕਾਰੀਗਰ ਹਿੱਸਾ ਲੈ ਰਹੇ ਨੇ ਇਸ ਮੌਕੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ ਤਾਂ ਬੰਤੀ ਜੀ ਆਪਨੇ ਆਪਣੇ ਕੁਸ਼ਲ ਨੇਤ੍ਰਿਤਵ ਮੇ सांस्कृतिक विरासत के संरक्षण हेतु 7 अगस्त 2015 को नेशनल हैंडलूम डे घोषित किया और देश के लाखों बुनकरों को विश्वास दिलाया कि आज भारत की विकास यात्रा में उनका योगदान महत्वपूर्ण है सराहनीय है ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਹਰਿਆਣਾ ਚ ਆਯੋਜਿਤ ਖੇਤਰੀ ਪੰਚਾਇਤ ਰਾਜ ਪ੍ਰੀਸ਼ਦ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਸੰਬੋਧਨ ਕੀਤਾ ਇਸ ਮੌਕੇ ਆਪਣੇ ਸੰਬੋਧਨ ਚ ਉਨ੍ਹਾਂ ਕਿਹਾ ਕਿ ਵਿਕਸਿਤ ਪਾਰ ਦਾ ਹਰ ਜ਼ਿਲ੍ਹਾ ਵਿਕਸਿਤ ਹੋਣਾ ਚਾਹੀਦਾ ਹੈ ਉਨ੍ਹਾਂ ਆਖਿਆ ਕਿ ਸਰਕਾਰ ਨੇ ਕਿਸਾਨਾਂ ਦੀ ਪਲਾਈਲੀ ਇਹ ਯੋਜਨਾਵਾਂ ਸ਼ੁਰੂ ਕੀਤੀਆਂ ਨੇ ਤੇ ਕਿਸਾਨਾਂ ਦੇ ਖਾਤਿਆਂ ਚ 2.60 ਲੱਖ ਕਰੋੜ ਰੁਪਏ ਦੀ ਰਾਸ਼ੀ ਸਿੱਧੀ ਟਰਾਂਸਫਰ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬਣਾਈ ਜਾਣ ਵਾਲੀ ਹਰ ਯੋਜਨਾ ਕਿਸਾਨਾਂ ਤੱਕ ਅਤੇ ਉਨ੍ਹਾਂ ਦੇ ਖੇਤਾਂ ਤੱਕ ਪਹੁੰਚਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਜਿੰਨਾ ਜ਼ਿਆਦਾ ਦਾ ਜੀਐਸਟੀ ਇਕੱਠਾ ਹੋਵੇਗਾ ਉਨਹੀਂ ਜ਼ਿਆਦਾ ਦੇਸ਼ ਦਾ ਵਿਕਾਸ ਹੋਵੇਗਾ ਪ੍ਰਧਾਨ ਮੰਤਰੀ ਨੇ ਆਖੇ ਕਿ ਪਿਛਲੇ ਸਾਲ ਮੰਗ ਇਸ ਵਾਰ ਵੀ ਹਰ 파ਰਟੀ ਨੇ ਘਰ ਘਰ ਤਿਰੰਗਾ ਫੈਰੋਣਾ ਹੈ ਉਹਨਾਂ ਨੇ ਕਿਹਾ ਕਿ ਜਨ ਤਨ ਯੋਜਨਾ ਦੀਨ 50 ਕਰੋੜ ਤੋਂ ਵੱਧ ਖਾਤੇ ਖੁੱਲੇ ਗਏ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਪੰਚਾਇਤੀ ਰਾਜ ਸੰਸਥਾਵਾਂ ਨੂੰ ਮਜ਼ਬੂਤ ਕਰਨ ਲਈ ਕਦੇ ਵੀ ਠੋਸ ਯਤਨ ਨਹੀਂ ਕੀਤੇ ਗਏ ਆਓ ਗੋਮੇ ਹਮ ਇਸ ਲੱਖ ਕੋ ਹਾਸਿਲ ਕਰੇ ਔਰ ਜਬ ਹਮ 100 ਪ੍ਰਤੀਸ਼ਾ सभी हितकारी को शत प्रतिशत लाभ पहुंचाने में सफल होते हैं तो जातिवाद भी नहीं रहता है परिवारवाद भी नहीं रहता है मेरा तेरा भी नहीं रहता है भ्रष्टाचार के लिए जगह नहीं रहती है सच्चे अर्थ में सामाजिक न्याय होता है सच्चे अर्थ में सेक्युलरिज्म होता है और इसलिए शत प्रतिशत ये हमारा लक्ष्य रहना चाहिए ਮਨੀਪੁਰ ਹਿੰਸਾ ਦੇ ਮੁੱਦੇ ਤੇ ਅੱਜ ਵੀ ਸੰਸਦੇ ਦੋਹਾਂ ਸਦਨਾਂ 'ਚ ਵਿਰੋਧੀ ਦਿਰ ਦੇ ਹੰਗਾਮੇ ਕਾਰਨ ਕਾਰਵਾਈ ਜੜਿੱਕਾ ਪਿਆ ਲੋਕ ਸਭਾ ਦੀ ਕਾਰਵਾਈ 12 ਵਜੇ ਤੱਕ ਅਤੇ ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕੀਤੀ ਗਈ ਲੋਕ ਸਭਾ ਸਖਤਰੇਤ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਲੋਕ ਸਭਾ ਦੀ ਮੈਂਬਰੀ ਬਹਾਲ ਕਰ ਦਿੱਤੀ ਹੈ ਸਖਤਰੇਤ ਨੇ ਫੈਸਲਾ ਸੁਪਰੀਮ ਕੋਰਟ ਵੱਲੋਂ ਮੋਦੀ ਸਰਨੇਮ ਦੇ ਮੁੱਦੇ ਤੇ ਗੁਜਰਾਤ ਦੀ ਅਦਾਲਤ ਵੱਲੋਂ ਮਾਨਹਾਨੀ ਦੇ ਮਾਮਲੇ 'ਚ ਦਿੱਤੀ ਗਈ ਸਭ ਤੋਂ ਵੱਧ 2 ਸਾਲ ਦੀ ਸਜ਼ਾ ਤੇ ਰੋਕ ਲਗਾਏ ਜਾਣ ਤੋਂ ਬਾਅਦ ਲਿਆ ਹੈ ਰਾਹੁਲ ਗਾਂਧੀ ਕੇਰਲਾ ਦੀ ਵੈਰਨਾਡ ਸੰਸਦੀ ਹਲਕੇ ਤੋਂ ਲੋਕ ਸਭਾ ਦੇ ਮੈਂਬਰ ਨੇ ਉਹਨਾਂ ਨੂੰ ਇਸ ਸਾਲ ਮਾਰਚ ਵਿੱਚ ਗੁਜਰਾਤ ਦੀ ਅਦਾਲਤ ਨੇ ਮਾਨਹਾਨੀ ਦੇ ਕੇਸ ਵਿੱਚ 2 ਸਾਲ ਦੀ ਸਜ਼ਾ ਸੁਣਾਈ ਜਾਣ ਤੋਂ ਬਾਅਦ ਦੰਦੀ ਮੈਂਬਰੀ ਲਈ ਅਯੋਗ ਕਰਾਰ ਦਿੱਤਾ ਗਿਆ ਸੀ चंद्रयान पार्टी पुलाड़ कोर संगठन ने मिशन चंद्रअदीन चंद्रयान 3 नु चंद्रमा ਦੇ ਪੰਧ ਵਿੱਚ ਦਾਖਲ ਹੋਣ ਦੇ ਇੱਕ ਦਿਨ ਬਾਅਦ ਚੰਦਰ ਆਰਬਿਟ ਦੀ ਚਾਲ ਨੂੰ ਕਟੌਣ ਚ ਸਫਲਤਾ ਹਾਸਲ ਕੀਤੀ ਇਸਰੋ ਨੇ ਕਿਹਾ ਕਿ ਪੁਲਾੜ ਯਾਨ ਦੇ ਸਫਲਤਾਪੂਰਵਕ ਇੱਕ ਯੋਜਨਾਬੱਧ ਆਰਬਿਟ ਰਿਡਕਸ਼ਨ ਸੰਚਾਲਿਤ ਕੀਤੀ ਜਿਸ ਨੇ ਇਸ ਨੂੰ ਚੰਦਰਮਾ ਦੀ ਸਤ੍ਹਾ ਨੇੜੇ ਲਿਆਂਦਾ ਜਿਸ ਦਾ ਅਰਥ ਹੈ ਕਿ ਚੰਦਰਮਾ ਤੋਂ ਪੁਲਾੜ ਯਾਨ ਸਭ ਤੋਂ ਦੂਰੀ ਵਾਲਾ ਬਿੰਦੂ 4313 ਕਿਲੋਮੀਟਰ ਅਤੇ ਨਜ਼ਦੀਕੀ ਬਿੰਦੂ ਸਿਰਫ 170 ਕਿਲੋਮੀਟਰ ਹੈ ਇਸਰੋ ਨੇ ਕਿਹਾ ਕਿ ਇਸ ਤਰ੍ਹਾਂ ਦਾ ਅਗਲਾ ਆਪਰੇਸ਼ਨ अगस्त ਨੂੰ ਦੁਪਹਿਰ 1 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗਾ ਤੇ 17 ਅਗਸਤ ਤੱਕ ਚੰਦਰਮਾ ਤੇ ਚੱਲਣ ਸੰਬੰਧੀ تن ਹੋਰ ਅਭਿਆਸ ਹੋਣਗੇ ਜਿਸ ਤੋਂ ਬਾਅਦ ਲੈਂਡਰ ਅਤੇ ਰੂਬਰ ਸ਼ਾਮਿਲ ਨੇ ਪਿਪਿਲੇਸ਼ਨ ਮੋਡਿਊਲ ਤੋਂ ਅੱਢ ਹੋ ਜਾਣਗੇ ਇਸ ਤੋਂ ਬਾਅਦ ਚੰਦਰਮਾ ਦੀ ਸਤ੍ਹਾ ਤੇ ਅੰਤਿਮ ਉਤਰਨ ਤੋਂ ਪਹਿਲਾਂ ਲੈਂਡਰ ਤੇ ਡੀ ਆਰ ਬਿਟਿੰਗ ਅਭਿਆਸ ਕੀਤਾ ਜਾਏਗਾ ਇਸ ਰੂ ਮੁਤਾਬਕ 23 ਅਗਸਤ ਨੂੰ ਚੰਦਰਮਾ ਤੇ ਕੋਮਲ ਲੈਂਡਿੰਗ ਦੀ ਕੋਸ਼ਿਸ਼ ਕਰੇਗਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਦੇਸ਼ ਨੂੰ ਆਤਮ ਨਿਰਭਰ ਬਣਾਉਣ ਦੇ ਨਾਲ-ਨਾਲ ਮਜ਼ਬੂਤ ਅਤੇ ਖੁਸ਼ਹਾਲ ਭਾਰਤ ਬਣਾਉਣ ਲਈ ਸ਼ੁਰੂ ਕੀਤੀ ਗਈ ਅਮਰਿਤ ਭਾਰਤ ਰੇਲਵੇ ਸਟੇਸ਼ਨ ਯੋਜਨਾ ਤਹਿਤ ਜਿੰਨਾ 700 ਰੇਲਵੇ ਸਟੇਸ਼ਨਾਂ ਨੂੰ ਸ਼ਾਮਿਲ ਕੀਤਾ ਗਿਆ ਉਹਨਾਂ ਵਿੱਚ ਪੰਜਾਬ ਦੇ 22 ਰੇਲਵੇ ਸਟੇਸ਼ਨ ਵੀ ਸ਼ਾਮਿਲ ਹਨ ਰੇਲਵੇ ਸਟੇਸ਼ਨਾਂ ਦੇ ਵਿਕਾਸ ਤੇ ਕੁੱਲ 157 ਕਰੋੜ ਰੁਪਏ ਦੀ ਰਕਮ ਖਰਚ ਕੀਤੇ ਜਾਣ ਦੀ ਯੋਜਨਾ ਹੈ ਸਭ ਤੋਂ ਵੱਧ 460 ਕਰੋੜ ਰੁਪਏ ਦੀ ਰਕਮ ਲੁਧਿਆਣਾ ਸਟੇਸ਼ਨ ਦੇ ਵਿਕਾਸ ਅਤੇ ਸੁੰਦਰੀਕਰਨ ਤੇ ਖਰਚ ਕੀਤੀ ਜਾਵੇਗੀ ਜਦਕਿ ਰੇਲਵੇ ਕੈਂਟ ਜਲੰਧਰ ਤੇ 99 ਕਰੋੜ ਰੁਪਏ ਪਟਿਆਲਾ ਸਟੇਸ਼ਨ ਤੇ 47 ਕਰੋੜ ਰ रोजपुर से स्ताई करोड़ कपूरथला से मानसा लिए छब्बी छब्बी करोड़ रुपए संगरू से सरहद लच्ची पच्ची करोड़ फिलौर श्री आनंदपुर साहब से रूपनगर चौबीस चौबी करोड़ कोटकपुरा से मोहाली चेई तेई करोड़ ते ते रुपए मलेरकोटला बई करोड़ पठानकोट श्री मुक्तसर साहब अबोर इक्की करोड़ रुपए फाजिलका उन्नी करोड़ ढंडारी कल्ते सतारा करोड़ गुरदासपुर से सोलह करोड़ रुपए तो राशि खर्च की जाएगी ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਅੰਮ੍ਰਿਤ ਪਾਰ ਸਟੇਸ਼ਨ ਯੋਜਨਾ ਤਹਿਤ ਪੰਜਾਬ ਦੇ ਬਾਹਰ ਰੇਲਵੇ ਸਟੇਸ਼ਨਾਂ ਦਾ ਨਵੀਨੀਕਰਨ ਕੀਤੇ ਜਾਣ ਦੀ ਯੋਜਨਾ ਇਸਾਰੇ ਰੇਲਵੇ ਸਟੇਸ਼ਨ ਫਿਰੋਜ਼ਪੁਰ ਰੇਲਵੇ ਡਿਵੀਜ਼ਨ ਅਧੀਨ ਆਉਂਦੇ ਨੇ ਇਹਨਾਂ ਸਟੇਸ਼ਨਾਂ ਤੇ ਆਤਾਦਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਇਸੇ ਯੋਜਨਾ ਅਧੀਨ ਫਿਰੋਜ਼ਪੁਰ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਲਈ 28 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਜਾਵੇਗੀ ਸਟੇਸ਼ਨ ਨੂੰ ਨਵੀਨੀਕਰਨ ਯੋਜਨਾ ਦੀ ਚੁਣੇ ਜਾਣ ਤੇ ਹਲਕਾ ਨਿਵਾਸੀਆਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਕੜਾਲ ਕਲਾਂ ਵਿਖੇ ਪੰਜਾਬ ਦੇ ਅਮੀਰ ਸੱਭਿਆਚਾਰ ਨੂੰ ਦਰਸਾਉਂਦਾ ਤੀਆਂ ਦਾ ਤਿਉਹਾਰ ਆਯੋਜਿਤ ਕੀਤਾ ਗਿਆ ਜਿਸ ਵਿੱਚ ਛੋਟੀਆਂ-ਛੋਟੀਆਂ ਬੱਚੀਆਂ ਨੇ ਪੰਜਾਬੀ ਲੋਕਨਾਚ ਗਿੱਧਾ ਤੇ ਬੋਲੀਆਂ ਪਾ ਕੇ ਲੋਕਾਂ ਦਾ ਦਿਲ ਮੋਲਿਆ ਇਸ ਮੌਕੇ ਪਿੰਡ ਦੀ ਪੰਚਾਇਤ ਵੱਲੋਂ ਪਿੰਡਾਂ ਦੀਆਂ ਦੂਰ-ਦੁਰਾਡੇ ਵਿਆਹੀਆਂ ਗਈਆਂ ਤੀਆਂ ਨੂੰ ਚੇਚੇ ਸੁਨੇਹੇ ਭੇਜ ਕੇ ਮੇਲੇ ਤੇ ਸੱਦਿਆ ਗਿਆ ਅਤੇ ਉਹਨਾਂ ਨੂੰ ਸੂਟ ਤੇ ਸ਼ਗਨ ਦੇ ਕੇ ਨਿਵਾਜ਼ਿਆ ਗਿਆ ਪਿੰਡ ਦੇ ਸਰਪੰਚ ਹਰੀ ਸਿੰਘ ਨੇ ਇਸ ਮੌਕੇ ਐਲਾਨ ਕੀਤਾ ਕਿ ਅਗਲੇ ਸਾਲ ਗਿੱਧੇ ਛਿੱਸਾ ਲੈਣ ਵਾਲੀਆਂ ਤੀਆਂ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਧੇਰ ਨੇ ਮਾਨਸਾ ਦੀ تیرੰਦਾਜ਼ ਪ੍ਰਨੀਤ कौर ਨੂੰ ਵਿਸ਼ਵ ਚੈਂਪੀਅਨ ਬਨਣ ਤੇ ਮੁਬਾਰਕਬਾਦ ਦਿੱਤੀ ਹੈ ਬਰਲਿਨ ਚ ਵਿਸ਼ਵ ਤੀਰੰਦਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ ਚ ਭਾਰਤੀ ਮਹਿਲਾ ਕੰਪਾਉਂਡ ਟੀਮ ਨੇ ਮੈਕਸੀਕੋ ਨੂੰ 229 ਦੇ ਮੁਕਾਬਲੇ 235 ਅੰਕਾਂ ਨਾਲ ਹਰਾ ਕੇ ਸੋਨ ਤਗਮਾ ਜਿੱਤਿਆ ਸੋਨ ਤਗਮਾ ਜੇਤੂ ਟੀਮ ਚ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਮੰਡਾਲੀ ਦੀ ਪ੍ਰਨੀਤ ਕੌਰ ਸ਼ਾਮਿਲ ਹੈ ਖੇਡ ਮੰਤਰੀ ਨੇ ਕਿਹਾ ਕਿ ਸਮੁੱਚੀ ਟੀਮ ਦੀ ਇਹ ਇਤਿਹਾਸਿਕ ਪ੍ਰਾਪਤੀ ਕਰਕੇ ਕਿ ਡਾਰਨਾ ਨੀ ਤੀਰੰਦਾਜ਼ੀ ਦੀ ਖੇਡ ਚ ਵਿਸ਼ਵ ਪੱਧਰ ਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਉਹ ਵੀ ਜਾਣਦੇ ਚੇਨਈ ਚ ਚੱਲ ਰਹੀ ਹਾਕੀ ਦੀ ਏਸ਼ੀਅਨ ਚੈਂਪੀਅਨਸ ਟਰੋਫੀ 2023 ਅੱਜ ਭਾਰਤ ਦਾ ਮੁਕਾਬਲਾ ਦੱਖਣੀ ਕੋਰੀਆ ਨਾਲ ਹੋਵੇਗਾ ਭਾਰਤ ਨੇ ਹੁਣ ਤੱਕ ਖੇਡੇਗੇ ਤਿੰਨ ਮੈਚਾਂ ਚੋਂ ਦੋ ਮੈਚ ਜਿੱਤ ਲਏ ਨੇ ਜਦਕਿ ਜਾਪਾਨ ਨਾਲ ਖੇਡਿਆ ਗਿਆ ਮੈਚ ਇੱਕ ਇੱਕ ਦੀ ਬਰਾਬਰੀ ਤੇ ਰਿਹਾ ਕੱਲ ਖੇਡੇਗੇ ਤੀਜੇ ਮੈਚ ਵਿੱਚ ਭਾਰਤ ਨੇ ਮਲੇਸ਼ੀਆ ਨੂੰ 5-0 ਨਾਲ ਹਰਾਇਆ ਸੀ ਤੋਂ ਪਹਿਲਾਂ ਖੇਡੇਗੇ ਪਹਿਲੇ ਮੈਚ ਵਿੱਚ ਭਾਰਤ ਨੇ ਚੀਨ ਨੂੰ 7-2 ਨਾਲ ਹਰਾਇਆ ਸੀ ਤੇ ਦੂਜਾ ਮੈਚ ਜਾਪਾਨ ਨਾਲ ਇੱਕ ਇੱਕ ਬਰਾਬਰੀ ਤੇ ਰਿਹਾ ਖਬਰਾਂ ਦੇ ਬਲਟਨ ਸਾਡੇ ਦਰਸ਼ਕ આરਐਨਯੂ ਡੀਡੀ ਕੇ ਜਲੰਧਰ ਦੇ YouTube ਚੈਨਲ Facebook ਪੇਜ ਤੇ Twitter ਹੈਂਡਲ ਤੇ ਵੀ ਦੇਖ ਸਕਦੇ ਨੇ ਤੇ ਇਸ ਦੇ ਨਾਲ ਹੀ ਖਬਰਾਂ ਦਾ ਬਲਟਨ ਖਤਮ ਹੁੰਦਾ ਹੈ ਇਜਾਜ਼ਤ ਦਿਓ ਨਮਸਕਾਰ